ਨਬਾਰਡ ਦੇ ਖੇਤਰੀ ਦਫ਼ਤਰ ਨੇ ਆਪਣੇ 42ਵੇਂ ਸਥਾਪਨਾ ਦਿਵਸ ਮੌਕੇ ਪਿੰਡੂ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਵਿੱਚ ਨਬਾਰਡ ਦੀ ਯਾਤਰਾ ਬਾਰੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ। ਦਫ਼ਤਰ ਦੇ ਚੀਫ ਜਨਰਲ ਮੈਨੇਜਰ ਰਗੁਨਾਥ ਬੀ ਨੇ ਕਿਸਾਨਾਂ ਅਤੇ ਪਿੰਡੂ ਖੇਤਰਾਂ ਦੀ ਸੇਵਾ ਵਿੱਚ ਪਿਛਲੇ 40 ਵਰਿਆਂ ਦੌਰਾਨ ਨਬਾਰਡ ਵੱਲੋਂ ਕੀਤੇ ਕੰਮਾਂ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਮੀਨ ਹੇਠਲੇ ਪਾਣੀ ਦੇ ਘਟਦੇ ਪੱਧਰ ਦੇ ਮੁੱਦੇ ਦੇ ਹੱਲ ਲਈ ਸੁਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਵਾਸਤੇ 150 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇੱਕ ਸੋ 11 ਕਿਸਾਨ ਉਤਪਾਦਕ ਸੰਗਠਨਾ ਐਪੀਓ ਨੂੰ ਉਤਸ਼ਾਹਿਤ ਕੀਤਾ ਗਿਆ ਹੈ ਤਾਂ ਜੋ ਕਿਸਾਨ ਆਪਣੀ ਉਪਜ ਦੇ ਖਰੀਦ ਦੀ ਸਹੀ ਕੀਮਤ ਹਾਸਲ ਕਰ ਸਕਣ ਐਸ ਐਲ ਬੀ ਸੀ ਦੇ ਕਨਵੀਨਰ ਸੁਮੰਤਾ ਮੋਹਨਤੀ ਨੇ ਨਬਾਰ ਦੀ مالی ਅਤੇ ਵਿਕਾਸ ਅਧਾਰੇ ਵੱਜੋਂ ਬੇਮਿਸਾਲ ਭੂਮਿਕਾ ਦੀ ਸ਼ਲਾਘਾ ਕੀਤੀ ਪੰਜਾਬ ಗ್ರಾਮीण ਬੈਂਕ ਦੇ ਚੇਅਰਮੈਨ ਐਸ ਕੇ ਦੂਬੇ ਨੇ ਗ੍ਰਾਮੀਣ ਬੈਂਕਾਂ ਦੀ ਮਜ਼ਬੂਤੀ ਵਿੱਚ ਨਬਾਰ ਦੀ ਮਦਦ ਅਤੇ ਪੰਜਾਬ ਰਾਜ ਸਹਿਰੀ ਬੈਂਕ ਦੇ ਐਮ ਡੀ ਪਰਮਿੰਦਰ ਪਾਲ ਸਿੰਘ ਨੇ ਸੂਬੇ ਦੇ ਵਿਕਾਸ ਵਿੱਚ ਨਬਾਰ ਦੇ ਯੋਗਦਾਨ ਤੇ ਚਾਨਣਾ ਪਾਇਆ